हमेशा लोगों के हकों की आवाज़ बुलंद कर सरकार नीतियां ते खास नज़र देखो हर खबर अपडेट पंजाब न्यूज़ ते। मणिपुर घटना नूं लै के वाल्मीकि भाईचारे दे नौजवानां वल्लों मणिपुर विच कीती गई औरतां दी बेअदबी दे खिलाफ शाम चरासी शहर नूं बंद करवाया गया अते रोस प्रदर्शन कीते गए। इस मौके बहुजन समाज पार्टी अते भाजपा वल्लों वी बंद नूं समर्थन दिता गया अते नारेबाजी कीती गई। इस मौके गौरव गिल दी अगवाई विच सैकड़े नौजवान भगवान वाल्मीकि मंदिर तों बाजार नूं रवाना होए अते मार्केट नूं बंद करवाया गया। इस अवसर ते गौरव गिल, दीपक मट्टू, मालम मट्टू, गोपी मट्टू, वरिंदर मट्टू, बॉबी गिल, संजीव थापर, अरुण बॉबी, अजय साबी बाबा, प्रीत लक्की, बांटी, गोपी मरगई, बबलू अते औरतां तों इलावा होर बहुत सारे हाजर सन। ਮਣੀਪੁਰ ਜੋ ਕਿ ਔਰਤਾਂ ਦੇ ਨਾਲ ਧੱਕਾ ਹੋ ਰਿਹਾ ਆ ਉਹਨਾਂ ਦੇ ਵਿਰੋਧ ਦੇ ਵਿੱਚ ਅਸੀਂ ਸਾਰੇ ਵਾਲਮੀਕਿ ਸਮਾਜ ਦੇ ਨੌਜਵਾਨ ਇਕੱਠੇ ਹੋ ਕੇ ਬੰਦ ਦਾ ਸੱਦਾ ਦੇਵਾਂਗੇ ਤਾਂ ਕਿ ਗਾਂ ਤੋਂ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਇਹਦਾ ਸਰਕਾਰਾਂ ਗਾਂ ਤੋਂ ਕੋਈ ਨਾ ਕਿਸੇ ਨਾਲ ਧੱਕਾ ਨਾ ਹੋਣ ਦੇਵੇ। ਜੈ ਵੀਰ ਜੈ ਭਾਰ। ਅੱਜ ਜਿਹੜਾ ਬੰਦ ਆ ਕਿਸ ਮਸਲੇ ਤੇ ਕਰ ਰਹੇ ਤੁਸੀਂ? जिस मकसद लाई कॉल दिती समर्थन भारतीय किसान यूनियन एकता गुराहां ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ। ਅਸੀਂ ਵੀ ਇਸ ਘਟਨਾਵਾਂ ਦੇ ਸਖ਼ਤ ਹੱਦਾਂ ਦੇ ਵਿੱਚ ਨਿਖੇਧੀ ਕੀਤੀ ਸੀ ਔਰ 6 ਤਰੀਕ ਨੂੰ ਅਸੀਂ ਵੱਡੇ ਪੱਧਰ ਦੇ ਉੱਤੇ 10,000 ਦੀਆਂ ਬੀਬੀਆਂ ਦਾ ਇਕੱਠ ਲੈ ਕੇ ਰਾਜਪਾਲ ਨੂੰ ਮੰਗ ਪੱਤਰ ਦੇ ਕੇ ਆਏ ਹਾਂ ਇਸ ਘਟਨਾਵਾਂ ਦੇ ਸੰਬੰਧ ਵਿੱਚ, ਕਿਉਂਕਿ ਉਹ ਕੀ ਲੋਕ ਉਹ ਕਬੀਲਾ ਜੋ ਬਹੁਤ ਦਬਲਿਆ ਕੁਚਲਿਆ ਹੋਇਆ ਸੀ ਉਸ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਜਿਹੜਾ ਹੈਗਾ ਇਹ ਬਤਈਆਂ ਨੇ ਕੀਤਾ ਹੈਗਾ। ਉਹਨਾਂ ਦੀਆਂ ਜਿਹੜੀਆਂ ਹੈਗੀਆਂ ਲੇਡੀਜ਼ ਨੂੰ ਬਹੁਤ ਨਿਰਵਸਤਰ ਕਰਕੇ ਘੁਮਾਇਆ ਗਿਆ, ਬੜੀ ਨਖੇਧੀ ਵਾਲੀ ਗੱਲ ਆ। ਜਦੋਂ ਕਿਸੇ ਕੌਮ ਦੀ ਜ਼ਮੀਰ ਨੂੰ ਹੱਥ ਪਾ ਜਾਵੇ ਜਿਸ ਕੌਮ ਦੇ ਬੇਟੀਆਂ ਜਾਂ ਇਸਤਰੀਆਂ ਨੂੰ ਹੱਥ ਪਾ ਜਾਵੇ ਉਸ ਵੇਲੇ ਜਿਹੜਾ ਹੈਗਾ ਇਸ ਸਰਕਾਰ ਦਾ ਖਾਤਮਾ ਅੰਤ ਹੁੰਦਾ ਹੈ। ਸੋ ਮੈਂ ਬਹੁਤਾ ਕੁਝ ਨਹੀਂ ਕਹਿਣਾ, ਕਿਉਂਕਿ ਜਿੱਥੇ ਜਿੱਥੇ ਵੀ ਇਹਨਾਂ ਦੀ ਸਰਕਾਰ BJP ਦੀ ਸਰਕਾਰ ਹੈਗੀ ਆ, ਡਬਲ ਇੰਜਨ ਦੀ ਸਰਕਾਰ ਕਹਿੰਦੇ ਆ, ਪਰ ਜਿੱਥੇ ਜਿੱਥੇ ਵੀ ਗੁਜਰਾਤ ਦੇ ਵਿੱਚ ਪਹਿਲਾਂ ਦੰਗੇ ਕਰਾਏ ਇਹਨਾਂ ਨੇ, ਫਿਰ ਇਹਨਾਂ ਨੇ ਉੱਤਰ ਪ੍ਰਦੇਸ਼ ਦੇ ਵਿੱਚ ਆਪਣੇ ਦੰਗੇ ਕਰਵਾਏ, ਹੁਣ ਇਹਨਾਂ ਨੇ ਮਣੀਪੁਰ ਦੇ ਵਿੱਚ ਦੰਗੇ ਕਰਵਾਏ, ਫਿਰ ਪੰਜਾਬ ਦੀ ਵਾਰੀ ਆ ਜਾਣੀ ਹੈ ਹੌਲੀ ਹੌਲੀ, ਕਿਉਂਕਿ ਇਸ BJP ਸਰਕਾਰ ਦੀ ਸੋਚ ਇਹ ਆ ਦੰਗੇ ਕਰਾਓ ਅਤੇ ਰਾਜ ਕਰੋ। ਕਾਂਗਰਸ ਦੀ ਸੋਚ ਸੀਗੀ ਪਾੜੋ ਅਤੇ ਰਾਜ ਕਰੋ, ਇਹਨਾਂ ਦੀ ਸੋਚ ਜਿਹੜੀ ਆ ਇਹ ਹੈ ਦੰਗੇ ਕਰਾਓ ਅਤੇ ਰਾਜ ਕਰੋ। ਇਹਨਾਂ ਨੇ ਜਿਹੜਾ ਉੱਥੇ ਜੋ ਵੀ ਕੰਮ ਕੀਤਾ ਹੈਗਾ ਆ ਬਹੁਤ ਨਿੰਦਣਯੋਗ ਆ ਔਰ ਮੈਂ ਇਸ ਘਟਨਾ ਦੀ ਜਿਹੜੀ ਨਿੰਦਾ ਕਰਦਾ ਹਾਂ। ਇਸ ਤੋਂ ਬਾਅਦ ਹੁਣ ਹਰਿਆਣੇ ਦੇ ਵਿੱਚ ਨੂੰਹ ਦੇ ਵਿੱਚ ਜਿਹੜਾ ਇਹਨਾਂ ਨੇ ਤਾਂਡਵ ਨਚਾਇਆ ਉਹ ਵੀ ਤੁਹਾਡਾ ਦੇਖਣ ਵਾਲਾ ਹੋਏਗਾ, ਕਿਉਂਕਿ ਉੱਥੇ ਵੀ ਜਿਹੜੇ ਮੁਸਲਮਾਨ ਵੀਰ ਆ ਉਹਨਾਂ ਉੱਤੇ ਬਹੁਤ ਤਸ਼ੱਦਦ ਕੀਤਾ ਔਰ ਉਹਨਾਂ ਦੇ ਘਰ ਢਾਹਤੇ ਆ, ਮਸਜਿਦਾਂ ਢਾਹਤੀਆਂ, ਉਹਨਾਂ ਨੂੰ ਅੱਗ ਲਾ ਦਿੱਤੀ ਆ। ਸੋ ਇਹਨਾਂ ਦੀ ਸੋਚ ਜਿਹੜੀ ਆ ਬੜੀ ਮਾੜੀ ਔਰ ਇਹ ਭਰਾ ਨੂੰ ਭਰਾ ਨਾਲ ਲੜਾਉਣ ਵਾਲੀ ਸੋਚ ਹੈ। ਇਸ ਜਿਹੜੇ ਸਰਕਾਰ ਦੀ ਆ, ਕੇਂਦਰ ਦੀ ਸਰਕਾਰ ਆ, ਬਹੁਤ ਮਾੜੀ ਸੋਚ ਲੈ ਕੇ ਚੱਲੀ ਹੋਈ ਆ, ਕਿਉਂਕਿ ਇਹ ਸੋਚ ਇਹਨਾਂ ਦੀ ਤਾਂ ਇਸ ਤਰ੍ਹਾਂ ਦੀ ਬਣੀ ਹੋਈ ਆ ਕਿ 24 ਦਾ ਇਲੈਕਸ਼ਨ ਆ ਰਿਹਾ, 24 ਦੇ ਇਲੈਕਸ਼ਨ ਲਈ ਇਹ ਕੁਛ ਵੀ ਕਰਵਾ ਸਕਦੇ ਆ, ਆਪਣੇ ਭਰਾ ਨੂੰ ਭਰਾ ਨਾਲ ਮਰਾ ਸਕਦੇ ਆ, ਕੁਛ ਵੀ ਕਰ ਸਕਦੇ ਆ।
पता था इन्होंने पंजाब के भी खेलिया सी वो तुम पता आ मास्टर के सिखा ईसाइया के नाल लड़ाने की बड़ी कोशिश की थी पर इतने के सूझना लोगों ने अपना भाईचारा ने बड़ा ही रखिया और इस चाल में जल्दी समझ गए सन ता जो साडा जिहड़ा भाईचारा आ बनिया रहे। तो मैं बहुता कुछ ना कहता होया मैं इस बंद की समर्थन करता और जथेबंदी वालों असी जो भी तुहाडा को प्रोग्राम होवे उहदे नाल मोढे नाल मोढा ला के चलांगे। सो मैं बहुता कुछ ना कहता होया इस संघर्ष नूं आपां उत्थे तक लिजाणा आ जिन्ना चिर सानूं उस भैणां दा उहनां वीरां दा उहनां दा जिन्हां दे घर साड़े आ उहनां नूं इंसाफ नहीं मिल जांदा उहनां तक साडा संघर्ष जिहड़ा जारी रखणा पऊगा। सो मैं बहुतियां बेनतियां नहीं करदा मैं इन्ना ही कुछ कहता होया खेमा दा जाजका जय जूनियन जय संघर्ष। अपना की नाम है सर? मैं दरपाल सिंह साहब की अहुदा अपना किसान यूनियन इकाई प्रधान इकाई प्रधान ठीक है जी।